ਜਦੋਂ ਪੀਟੀ ਕੋਰ ਦੇ ਸਕੋਰਾਂ ਦੀ ਗੱਲ ਆਉਂਦੀ ਹੈ 7 ਜਾਂ 8 ਉਦੋਂ ਤੁਹਾਨੂੰ ਮਟੀਰੀਅਲ ਬਹੁਤ ਅਥੈਂਟਿਕ ਦੇਣਾ ਪੈਂਦਾ ਤੇ ਜਿਹੜਾ ਸਮਰਾਈਜ਼ ਸਪੋਕਨ ਟੈਕਸਟ ਦਾ ਟੈਂਪਲੇਟ ਤੁਸੀਂ ਯੂਜ਼ ਕਰਦੇ ਪਏ ਹੋ ਉਹ ਵਰਥਲੈਸ ਹੋਊਗਾ। ਹੁਣ ਮੈਂ ਤੁਹਾਨੂੰ ਇੱਕ ਸ਼ੋਅ ਕਰੂੰਗਾ ਟੈਂਪਲੇਟ ਜੋ ਤੁਸੀਂ ਯੂਜ਼ ਕਰਦੇ ਪਏ ਹੋ ਪਲੱਸ ਇੱਕ ਟੈਂਪਲੇਟ ਜੋ ਮੈਂ ਤੁਹਾਨੂੰ ਸ਼ੋਅ ਕਰੂੰਗਾ। ਹੁਣ ਤੁਸੀਂ ਆਪਦਾ ਦਿਮਾਗ ਲਗਾਉਣਾ ਪੀਟੀ ਨੂੰ ਜੇ ਆਪਾਂ ਇੱਕ ਮਟੀਰੀਅਲ ਦੇ ਰਹੇ ਹਾਂ ਉਹਦਾ ਕੰਟੈਂਟ ਵਾਲਾ ਪਾਰਟ, ਆਈ ਐਮ ਨੋਟ ਟਾਕਿੰਗ ਅਬਾਊਟ ਦਾ ਰਾਈਟਿੰਗ ਸੈਕਸ਼ਨ, ਆਈ ਐਮ ਟਾਕਿੰਗ ਅਬਾਊਟ ਦਾ ਕੰਟੈਂਟ ਪਾਰਟ, ਜੇ ਤੁਹਾਡੀ ਲਿਸਨਿੰਗ ਡਰੋਪ ਕਰਦੀ ਪਈ ਹੈ ਮੇ ਬੀ ਦਿਸ ਵਿਲ ਬੀ ਦਾ ਰੀਜ਼ਨ। ਹੁਣ ਉਹਦੇ ਵਿੱਚ ਆਪਾਂ ਕੀ ਕਰਨਾ, ਜਿਹੜੀਆਂ ਵੀ ਚੀਜ਼ਾਂ ਵਿੱਚੋਂ ਪਿੱਕ ਕੀਤੀਆਂ ਉਹਨੂੰ ਐਕਸਪਲੇਨ ਕਰਨਾ ਵੀ ਆਪਾਂ ਨੂੰ ਆਉਣਾ ਚਾਹੀਦਾ, ਨਾ ਕਿ ਜਸਟ 2 ਤੋਂ 3 ਵਰਡ ਲਿਖੀਏ। ਚੱਲਦੇ ਹਾਂ 30 ਵਰਡਸ ਨੂੰ ਜਿਹੜੇ ਆਪਾਂ ਲਿਖਦੇ ਹਾਂ ਉਹ ਕਿਸ ਵੇ ਨਾਲ ਤੁਸੀਂ ਅਟੈਂਪਟ ਕਰਦੇ ਹੋ, ਕਿਸ ਵੇ ਨਾਲ ਮੈਂ ਅਟੈਂਪਟ ਕਰਦਾ, ਸਕਰੀਨ 'ਤੇ ਚੱਲ ਕੇ ਤੁਹਾਨੂੰ ਸ਼ੋਅ ਕਰਦੇ, ਫਿਰ ਤੁਹਾਨੂੰ ਚੀਜ਼ ਦੀ ਤਸੱਲੀ ਜ਼ਿਆਦਾ ਹੋਊਗੀ, ਨਾਲੇ ਆਪਾਂ ਚੀਜ਼ਾਂ ਨੂੰ ਹੋਰ ਡੈਪਥ ਨਾਲ ਸੁਣਦੇ ਵੀ ਹਾਂ। ਸੋ ਲਾਈਵ ਤੁਸੀਂ ਵੀ ਜੇ ਬੈਠੇ ਹੋ ਕਾਪੀ ਪੈਨ ਚੱਕੋ, ਨਾਲ ਮੇਰੇ ਨੋਟਸ ਬਣਾਓ, ਦੇਖਦੇ ਤੁਸੀਂ ਨੋਟਸ ਕੀ ਬਣਾਏ, ਮੈਂ ਨੋਟਸ ਕੀ ਬਣਾ ਰਿਹਾ, ਕਿਵੇਂ ਆਪਾਂ ਉਹਨੂੰ ਇੰਪਲੀਮੈਂਟ ਕਰਦੇ ਹਾਂ, ਫਿਰ ਆਪਾਂ ਅੱਗੇ ਡਿਸਕਸ਼ਨਸ ਕਰਦੇ ਹਾਂ। A sea breeze is an onshore breeze which develops around the coastlines of sea and even large lakes on warm days. In mid-latitudes, it commonly occurs during the spring and summer. This is when there is a large temperature difference between the sea and adjacent land areas. A sea breeze is a thermally driven circulation, forming due to the fact that the land heats up more quickly than the sea. Water has a higher specific heat capacity, and so requires more energy to raise the temperature. As the sun radiates energy at more or less a constant rate, it will take longer for the water to heat up. This means that peak sea surface temperatures aren't reached until early autumn. This differential heating of adjacent land and sea surfaces is the main factor in the formation of sea breezes. A temperature difference of around 3 degrees Celsius is required for sea breeze to start to develop. Other factors that are required for sea breezes to form are light offshore winds around 3,000 feet. This aids the high level flow out to sea to get the process started. ਓਕੇ ਜੀ, ਆਹ ਜਿਹੜੀ ਹੁਣ ਆਪਾਂ ਕੀਵਰਡਸ ਲਿਖਿਆ, ਸਪੈਲਿੰਗ ਵਗੈਰਾ ਇੱਕ ਵਾਰੀ ਇਗਨੋਰ ਕਰੋ, ਬਿਕੋਜ਼ ਆਪਾਂ ਬਾਅਦ 'ਚੋਂ ਸਪੈਲਿੰਗ ਹੀ ਤਾਂ ਸੈੱਟ ਕਰਨੇ ਹੁੰਦੇ ਆ। ਪਹਿਲੀ ਗੱਲ ਤਾਂ ਤੁਸੀਂ ਚੱਕਦੇ ਹੋ ਇਕੱਲੇ ਕੀਵਰਡਸ, ਤੁਸੀਂ ਚੱਕੋਗੇ ਇਕੱਲਾ ਸੀ ਬਰੀਜ਼, ਹੋ ਸਕਦਾ ਬਰੀਜ਼ ਦੇ ਸਪੈਲਿੰਗ ਗਲਤ, ਕੋਸਟ ਲਾਈਨ ਦੇ ਵਿੱਚ ਹੋ ਸਕਦਾ ਤੁਸੀਂ ਸਪੇਸ ਲਗਾ ਕੇ ਰੱਖ ਦਿੱਤੀ ਹੋਵੇ, ਹੋ ਸਕਦਾ ਲਾਰਜ ਲੇਕ ਇਕੱਲਾ ਲਿਖਿਆ ਹੋਵੇ, ਇਕੱਲਾ ਸਪਰਿੰਗ ਲਿਖਤਾ, ਇਕੱਲਾ ਟੈਂਪਰੇਚਰ ਲਿਖਤਾ, ਇਕੱਲਾ ਫਾਰਮਿੰਗ ਲਿਖਤਾ, ਫਿਰ ਇਕੱਲਾ ਵਾਟਰ ਲਿਖਤਾ, ਆਟਮ ਦੇ ਸਪੈਲਿੰਗ ਗਲਤ ਲਿਖਤੇ। ਫਾਰਮੇਸ਼ਨ ਆਫ SNB ਦਾ ਮਤਲਬ ਸੀ ਬਰੀਜ਼, ਮੈਂ ਸ਼ਾਰਟ ਫਾਰਮਸ ਯੂਜ਼ ਕਰਦਾ ਜਿਵੇਂ ਤੁਹਾਨੂੰ ਪਹਿਲਾਂ ਵੀ ਵੀਡੀਓਜ਼ 'ਚ ਦੱਸਿਆ। ਜਦੋਂ ਆਪਾਂ ਇੱਕ ਵਾਰੀ ਟੋਪਿਕ ਨੂੰ ਲਿਖ ਲੈਂਦੇ ਹਾਂ ਆਪਾਂ ਉਹਨੂੰ ਵਾਰੀ ਵਾਰੀ ਨੇਮ ਨਾਲ ਰਿਪ੍ਰੈਜੈਂਟ ਨਾ ਕਰੀਏ, ਕਿਉਂਕਿ ਆਪਣੇ ਕੋਲ ਲਿਖਦਿਆਂ ਹੋਇਆਂ ਜੇ ਤੁਸੀਂ ਕਾਪੀ 'ਤੇ ਨੋਟ ਕਰਦੇ ਹੋ ਤੁਸੀਂ ਉਹਨੂੰ ਸ਼ਾਰਟਕੱਟਸ ਜ਼ਿਆਦਾ ਯੂਜ਼ ਕਰਿਆ ਕਰੋ। ਟਾਈਪਿੰਗ ਦੇ ਵਿੱਚ ਬੰਦਾ ਸਲੋ ਰਹਿ ਜਾਂਦਾ, ਯੈਸ ਜੇ ਤੁਹਾਡੀ ਟਾਈਪਿੰਗ ਵਾਲੀ ਜੋਬ ਹੈ, ਤੁਸੀਂ ਟਾਈਪਿੰਗ ਦੇ ਵਿੱਚ ਬਹੁਤ ਫਾਸਟ ਹੋ, ਤਾਂ ਮੈਂ ਪ੍ਰੈਫਰ ਕਰੂੰਗਾ ਸਿੱਧਾ ਟਾਈਪ ਕਰੋ ਕੀਵਰਡਸ ਤੁਸੀਂ, ਨਾਲੇ ਉਹਦੇ ਨਾਲ ਟਾਈਮ ਸੇਵ ਹੋਊਗਾ। ਤੁਸੀਂ ਜਿਹੜੇ ਵੀ ਕੀਵਰਡਸ ਲਿਖੇ ਹੋਏ ਜਸਟ ਉਹਦੇ ਅੱਗੇ ਲਿਆ ਕੇ ਲਾਈਨ ਦੇਖੋ, ਉਹ ਫਰੇਜ਼ ਨੂੰ ਚੱਕ ਕੇ ਉੱਪਰ ਕਾਪੀ ਪੇਸਟ ਵਾਲੀ ਆਪਸ਼ਨ ਤਾਂ ਆਪਣੇ ਕੋਲ ਉੱਥੇ ਹੁੰਦੀ ਹੀ ਹੈ। ਹੁਣ ਆਪਾਂ ਇਹਨੂੰ ਕਰਦੇ ਹਾਂ ਆਪਣੇ ਵਾਲੇ ਤਰੀਕੇ ਨਾਲ, ਜਿਵੇਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ। ਪਹਿਲਾਂ ਮੈਂ ਉਹ ਤਰੀਕਾ ਦਿਖਾਊਂਗਾ, ਸੈਕਿੰਡ ਤੇ ਉਹ ਤਰੀਕਾ ਜਿਹੜਾ ਤੁਸੀਂ ਯੂਜ਼ ਕਰਦੇ ਹੋ ਜਿਹੜਾ ਨਾਰਮਲ ਮਾਰਕੀਟ ਦੇ ਵਿੱਚ ਟੈਂਪਲੇਟ ਚੱਲਦਾ, ਤੇ ਉਹਦੇ ਵਿੱਚ ਮੈਂ ਕਿੰਨਾ ਕੁ ਫਿੱਲ ਕਰ ਪਾਉਂਗਾ ਇਹ ਵੀ ਤੁਸੀਂ ਨੋਟ ਕਰਿਓ। ਸੋ ਦਿਸ ਇਜ਼ ਦਾ ਡਾਟਾ, ਜੋ ਕੰਪਿਊਟਰ ਸਮਝਾਉਣਾ ਚਾਹ ਰਿਹਾ ਸੀ ਉਹ ਇਹ ਚੀਜ਼ ਸੀ, ਇਹਦੇ 'ਚੋਂ ਕਿਹੜੀ ਚੀਜ਼ ਮੈਨੂੰ ਮੇਨ ਲੱਗੀ, ਕਿਹੜੀ ਚੀਜ਼ ਨੂੰ ਮੈਂ ਅੱਗੇ ਐਕਸਪਲੇਨ ਕਰਨਾ, ਆਪਾਂ ਹੁਣ ਦੇਖਦੇ ਹਾਂ। ओके, आर्टिकल द सी ब्रीज कॉमा कोस्ट लाइन्स कॉमा लार्ज लेक्स कॉमा अकरिंग इन स्प्रिंग एंड समर। बाद चो सारी सैटिंग करते हैं, एक बारी आपां इहनूं फॉर्मेशन सही कर लिए। स्प्रिंग एंड समर दे नाल ही मैं ऑटम लिख दूंगा। ਜੇ ਤੁਹਾਨੂੰ ਆਟਮ ਦੇ ਸਪੈਲਿੰਗ ਨਹੀਂ ਆਉਂਦੇ ਸੋ ਇਗਨੋਰ ਇਟ, ਛੱਡ ਦਿਓ। ਲਓ ਜੀ, ਜੇ ਮੈਂ ਸਿੱਧੇ ਸਿੱਧੇ ਇਕੱਲੇ ਕੀਵਰਡ ਕਰਕੇ ਤੁਹਾਡੇ ਅੱਗੇ ਰੱਖਤੇ, ਜੇ ਆਪਾਂ ਇਹਨੂੰ ਕੱਢ ਵੀ ਦਿੰਦੇ ਹਾਂ ਇਨਕਲੂਡਿੰਗ ਵਾਲੀ ਲਾਈਨ ਨੂੰ, ਜੇ ਮੈਂ ਇਹਨੂੰ ਕੱਢਦਾ ਆਈ ਗੋਟ 37 ਵਰਡਸ, 37 ਨੂੰ ਮੈਂ 30 ਦੇ ਵਿੱਚ ਕਿਵੇਂ ਕਨਵਰਟ ਕਰਦਾ, ਨਾਲੇ ਮੈਨੂੰ ਥੋੜ੍ਹੀ ਜਿਹੀ ਸੈਂਸ ਵੀ ਬਣਾਉਣੀ ਪੈਣੀ ਹੈ, ਸੈਂਟੈਂਸ ਦਾ ਇੱਕ ਫਲੋ ਵੀ ਬਣਵਾ ਕੇ ਲਿਖਣਾ ਪੈਣਾ ਹੀ ਹੈ। ਕਰਦੇ ਹਾਂ ਸੈਟ, ਦ ਟੋਕ ਡੈਲੀਨੇਟ ਸੈਵਰਲ ਕ੍ਰੂਸ਼ੀਅਲ ਆਸਪੈਕਟਸ ਇਨਕਲੂਡਿੰਗ ਦ ਸੀ ਬਰੀਜ਼ coast line, large lakes occurring in spring and summer, temperature differences, temperature difference, okay, chal juga, forming when lands heat up,
ਕਿਦੋਂ ਫਾਰਮ ਕਰਦਾ ਓਕੇ ਮੈਂ ਇਹ ਲਾਈਨ ਨੂੰ ਜੇ ਉੱਪਰ ਲਿਖਦਾ ਸੀ ਬਰੀਜ਼ ਇੱਕ ਲਾਈਨ ਬਣ ਗਈ ਨਾ ਫਾਰਮਿੰਗ ਵੈਨ ਲੈਂਡ ਹੀਟ ਅਪ ਜਾਂ ਫਿਰ ਫਾਰਮੇਸ਼ਨ ਆਫ ਸੀ ਬਰੀਜ਼ ਵੈਨ ਦ ਲੈਂਡ ਹੀਟਸ ਅਪ ਐਵੇਂ ਵੀ ਲਿਖ ਸਕਦੇ ਹੋ ਕੋਸਟ ਲਾਈਨ ਲਾਰਜ ਲੇਕਸ ਅਕਰਿੰਗ ਇਨ ਸਪਰਿੰਗ ਐਂਡ ਸਬਰਨ ਟੈਂਪਰੇਚਰ ਡਿਫਰੈਂਸ ਯਾ ਇਟ ਮਾਈਟ ਬੀ ਟੈਂਪਰੇਚਰ ਡਿਫਰੈਂਸਿਸ ਫਾਰਮਿੰਗ ਵੈਨ ਦ ਲੈਂਡ ਹੀਟਸ ਅਪ ਨੋ ਇਹ ਤਾਂ ਸੱਚ ਸਾਰਾ ਲਿਖ ਹੀ ਦਿੱਤਾ ਇਹਨੂੰ ਕੱਟ ਦਿਉ ਬੈਕ ਸਪੇਸ ਦਾ ਘੱਟ ਯੂਜ਼ ਕਰਕੇ ਕਲਿੱਕ ਕਰਕੇ ਲਿਖਿਆ ਕਰੋ ਸਾਰਾ ਸਿਲੈਕਟ ਕਰਕੇ ਤੁਹਾਡਾ ਟਾਈਮ ਸੇਵ ਹੁੰਦਾ ਰੇਜ਼ਿੰਗ ਟੈਂਪਰੇਚਰ ਵਾਟਰ ਰੇਜ਼ਿੰਗ ਟੈਂਪਰੇਚਰ ਸੋ ਇਹਨੂੰ ਆਪਾਂ ਰਾਈਜ਼ਿੰਗ ਵਾਟਰ ਟੈਂਪਰੇਚਰ ਲਿਖ ਦਈਏ ਤਾਂ ਜ਼ਿਆਦਾ ਬੈਟਰ ਨਹੀਂ TEMPERATURE ਫਾਰਮੇਸ਼ਨ ਆਫ ਓਕੇ ਫਾਰਮੇਸ਼ਨ ਆਫ ਸੀ ਬਰੀਜ਼ਿਸ ਇਹ ਹੋ ਚੁੱਕਾ ਕੀਵਰਡ ਕੌਮਾ ਟੈਂਪਰੇਚਰ ਆਫ 33 degrees ਰੇਜ਼ਿੰਗ ਟੈਂਪਰੇਚਰ ਆਫ 3 degrees ਤੁਸੀਂ ਲਿਖ ਸਕਦੇ ਹੋ ਹੁਣ ਤੁਸੀਂ ਕਹੋਗੇ ਸਰ ਉੱਥੇ ਉਹਨੇ ਇਹ ਗੱਲ ਨਹੀਂ ਕਹੀ ਸੀ ਵੀ ਪਾਣੀ ਦਾ ਟੈਂਪਰੇਚਰ 3 degrees ਵਧੂਗਾ ਉਹਨੇ ਇਹ ਗੱਲ ਨਹੀਂ ਕਹੀ ਸੀ ਕੋਈ ਗੱਲ ਨਹੀਂ ਤੁਸੀਂ ਉਹ ਟੈਂਪਰੇਚਰ ਵਾਰੀ ਵਾਰੀ ਨਾ ਲਿਖੋ ਕੰਪਿਊਟਰ ਇੰਨਾ ਵੀ ਨਹੀਂ ਸਿਆਣਾ ਹੈਗਾ ਸਿਆਣਾ ਬਟ ਇੱਕ ਲਿਮਿਟ 'ਚ ਸਿਆਣਾ ਰੇਜ਼ਿੰਗ ਵਾਟਰ ਟੈਂਪਰੇਚਰ ਆਫ 3 degrees ਜਾਂ ਫਿਰ 2 ਹੈ ਨਾ 3 degrees ਤੱਕ ਰੇਜ਼ ਹੋਣਾ ਐਂ ਜੇ ਕਰਕੇ ਸੈਂਸ ਬਣਾ ਲਿਆ ਕਰੋ ਕੋਈ ਇਸ਼ੂ ਨਹੀਂ ਗਾ ਲਾਈਟ ਆਫ ਸ਼ੋਰ ਵਿੰਡਸ ਟੂ ਗੈਟ ਦਾ ਪ੍ਰੋਸੈਸ ਸਟਾਰਟਡ ਛੱਡ ਦਿਓ ਟੂ ਗੈਟ ਦਾ ਪ੍ਰੋਸੈਸ ਸਟਾਰਟਡ ਕਿਉਂਕਿ ਵਰਡ ਲਿਮਿਟ ਬਹੁਤ ਜ਼ਿਆਦਾ ਹੋ ਚੁੱਕੀ ਹੈ ਆਲਰੇਡੀ ਟਾਈਮ ਨੂੰ ਦੇਖੋ 2 minutes ਪਏ ਆ ਕੌਮਾ ਲਗਾ ਕੇ ਆਪਾਂ ਐਂਡ ਲਿਖਤਾ ਹੁਣ 35 words ਦੇ ਵਿੱਚੋਂ ਮੈਂ ਹੋਰ ਕੀਵਰਡਸ ਉਡਾਉਣੇ ਆ ਜਿਹੜੇ ਮੈਨੂੰ ਯੂਜ਼ਲੈਸ ਲੱਗ ਰਹੇ ਆ ਜਿਨ੍ਹਾਂ ਨੂੰ ਮੈਂ ਇਗਨੋਰ ਕਰ ਸਕਦਾ ਚੱਲ ਜੂਗਾ ਟੈਂਪਰੇਚਰ ਡਿਫਰੈਂਸਿਸ ਟੈਂਪਰੇਚਰ ਦੀ ਗੱਲ ਮੈਂ ਅੱਗੇ ਲਿਖਤੀ ਟੈਂਪਰੇਚਰ ਫਿਰ ਲਿਖਿਆ ਹੋਇਆ 2 words ਤਾਂ ਇਹ ਨਿਕਲ ਗਏ ਰਾਈਜ਼ਿੰਗ ਵਾਟਰ ਟੈਂਪਰੇਚਰ ਟੂ 3 degrees Celsius ਐਂਡ ਲਾਈਟ ਆਫ ਯੋਰ ਵਿੰਡਸ ਸੈਕਰੀਫਾਈਸ ਕਰਨਾ ਪੈ ਰਿਹਾ ਜੀ ਤਾਂ ਨਹੀਂ ਕਰ ਰਿਹਾ ਕੱਟੀਏ ਬਟ ਵਰਡ ਲਿਮਿਟ ਨੂੰ ਥੋੜ੍ਹਾ ਜਿਹਾ ਮੱਦੇਨਜ਼ਰ ਰੱਖਦੇ ਹੋਏ ਆਪਾਂ ਨੂੰ ਕੱਟਣਾ ਪੈਣਾ ਹਾਂ ਸਰ ਆਪਾਂ ਉੱਪਰਲੀ ਲਾਈਨ ਨਹੀਂ ਕੱਟ ਸਕਦੇ ਦੇਖੋ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਕੰਟੈਂਟ ਵਾਲੇ ਹਿੱਸੇ ਨੂੰ ਤੁਹਾਡੇ ਵੋਕੈਬਲਰੀ ਵਾਲੇ ਹਿੱਸੇ ਨੂੰ ਥੋੜ੍ਹਾ ਬੂਸਟ ਅਪ ਕਰਦੇ ਕਿਉਂਕਿ ਇਹ ਵਾਲੀ ਵਰਡਿੰਗਸ ਜਿਹੜੇ ਤੁਹਾਡੇ ਪੈਸੇਜ ਦੇ ਵਿੱਚ ਹੈ ਨਹੀਂ ਸੀ ਤੁਸੀਂ ਆਪਦੇ ਵੱਲੋਂ ਇਨਕਲੂਡ ਕਰਕੇ ਲਿਖ ਰਹੇ ਹੋ ਕੰਪਿਊਟਰ ਨੂੰ ਲੱਗਦਾ ਤੁਸੀਂ ਕੁਛ ਜਨਰੇਟ ਕਰ ਰਹੇ ਹੋ ਰੈਦਰ ਦੈਨ ਰਾਈਟਿੰਗ ਦਾ ਅਦਰ ਪਾਰਟ ਜਿਹੜਾ ਕਿ ਆਪਾਂ ਹੁਣ ਇਦੋਂ ਬਾਅਦ ਕਰਕੇ ਦਿਖਾਵਾਂਗੇ ਫਿਰ ਦੇਖਦੇ ਹਾਂ ਵੀ ਕੀ ਬਣਨਾ ਸੀ ਦ ਟਾਕ ਡੈਲਨੇ ਸੈਵਰਲ ਕ੍ਰੂਸ਼ੀਅਲ DELINEATES ਸੈਵਰਲ ਕ੍ਰੂਸ਼ੀਅਲ ਆਸਪੈਕਟਸ ਇਨਕਲੂਡਿੰਗ ਦ ਸੀ ਬਰੀਜ਼ ਫਾਰਮਿੰਗ ਵੈਨ ਲੈਂਡਸ ਹੀਟ ਅਪ ਚਲੋ ਜੀ ਆਪਾਂ ਇਹਨੂੰ ਹੁਣ ਸਬਮਿਟ ਕਰਕੇ ਦੇਖਦੇ ਹਾਂ ਓਬਵੀਅਸਲੀ ਅਮੈਰੀਕਨ ਨਾਲ ਸਬਮਿਟ ਕਰਾਂਗੇ ਐਂਡ ਹੇਅਰ ਵੀ ਗੋ ਕੰਟੈਂਟ 2 out of 2 ਸਪੈਲਿੰਗ 2 out of 2 ਗਰਾਮਰ ਵੋਕੈਬਲਰੀ ਐਂਡ ਫਾਰਮ ਸਾਰਾ ਕੁਝ ਠੀਕ ਹੈ ਜੀ 30 word ਲਿਮਿਟ ਰੱਖੀ ਹੈ ਬਹੁਤ ਔਖੇ ਤਰੀਕੇ ਨਾਲ ਇਹਨੂੰ ਐਡਜਸਟ ਕਰਨਾ ਪੈਂਦਾ ਵੀ ਕਿਹੜੀ ਚੀਜ਼ ਇਗਨੋਰ ਕਰਨੀ ਹੈ ਕਿਹੜੀ ਚੀਜ਼ ਵਿੱਚ ਐਡ ਆਨ ਕਰਨੀ ਹੈ ਹੁਣ ਆਪਾਂ ਸੈਕਿੰਡ ਤਰੀਕਾ ਅਪਣਾ ਕੇ ਦੇਖੀਏ ਜਿਹੜਾ ਤੁਸੀਂ ਯੂਜ਼ ਕਰਦੇ ਹੋ ਸੇਮ ਕੁਐਸਚਨ ਉਸੇ ਤਰੀਕੇ ਨਾਲ ਕਰਕੇ ਦੇਖਦੇ ਹਾਂ ਜਿਵੇਂ ਤੁਸੀਂ ਕਰਦੇ ਹੋ ਜੇ ਐਗਜੈਕਟ ਇਹ ਨਹੀਂ ਤਾਂ ਕੁਛ ਰਲਦਾ ਮਿਲਦਾ ਤਾਂ ਜ਼ਰੂਰ ਹੋਊਗਾ ਸੋ ਦੀਜ਼ ਆਰ 31 words ਆਪਾਂ ਇਹਦੇ 'ਚ ਕੁਛ ਨਾ ਕੁਛ ਵਰਡ ਨੂੰ ਹੁਣ ਕੱਟਾਂਗੇ ਦ ਲੈਕਚਰ ਵਾਜ਼ ਮੇਨਲੀ ਅਬਾਊਟ ਦ ਲੈਕਚਰ ਵਾਜ਼ ਅਬਾਊਟ ਕਰ ਦਿਓ ਡਨ ਹੋ ਗਿਆ 30 words ਕੋਈ ਦੇਖ ਲਓ ਹੋਰ ਸਪੈਲਿੰਗ ਮਿਸਟੇਕ ਵਗੈਰਾ ਤਾਂ ਨਹੀਂ ਵੈਰੀ ਨੂੰ ਕੱਟ ਦਿਓ ਇਨਫੋਰਮੇਟਿਵ ਇਕੱਲਾ ਲਿਖ ਦਿਓ 30 ਹੁਣ ਆਪਾਂ ਚੈੱਕ ਕਰਦੇ ਹਾਂ ਵੀ ਕੀ ਸਕੋਰਸ ਆਉਂਦੇ ਆ ਕੰਟੈਂਟ ਰਹਿ ਗਿਆ ਜੀ ਇੱਕ ਬਾਕੀ ਸਾਰੀਆਂ ਚੀਜ਼ਾਂ ਕਨਵੈਨਸ਼ਨ ਵਗੈਰਾ ਕੰਪਲੀਟ ਹੈ ਸਪੈਲਿੰਗ ਵਗੈਰਾ ਓਕੇ ਹੈ ਗਰਾਮਰ ਵਗੈਰਾ ਓਕੇ ਹੈ ਬਟ ਗੱਲ ਤਾਂ ਉਹੀ ਆ ਜਾਂਦੀ ਹੈ ਨਾ ਕੰਟੈਂਟ ਕਿਵੇਂ ਕਵਰ ਕਰੀਏ ਜੇ ਮੈਂ ਹੁਣ ਇਹਦੇ ਵਿੱਚ ਕੀਵਰਡਸ ਨੂੰ ਕਾਊਂਟ ਕਰਾਂ ਤੁਸੀਂ ਕਿੰਨੇ ਕੀਵਰਡਸ ਲਿਖੇ ਆ ਜਸਟ ਕਾਊਂਟ ਕਰੋ 1 2 3 4 ਮੈਂ ਕਹੂੰਗਾ ਇਹਨੂੰ ਜਸਟ 4 ਕੀਵਰਡਸ ਲਿਖੇ ਆ ਅਤੇ ਜਿਹੜਾ ਆਪਣਾ ਪਹਿਲਾਂ ਵਾਲਾ ਸੀ ਕਹਿੰਦੇ ਤੁਸੀਂ ਕਿੰਨੇ ਕੀਵਰਡਸ ਨੋਟ ਕੀਤੇ ਸੀ ਤੁਸੀਂ ਉਹ ਵੀ ਸੋਚ ਕੇ ਦੇਖੋ ਐਕਸਪਲਾਨੇਟਰੀ ਕਿਹੜਾ ਆਨਸਰ ਸੀਗਾ ਪਹਿਲਾਂ ਵਾਲਾ ਕਿ ਇਹ ਵਾਲਾ ਇਹ ਚੀਜ਼ਾਂ ਦਿਮਾਗ ਦੇ ਵਿੱਚ ਹਮੇਸ਼ਾ ਰੱਖਿਆ ਕਰੋ ਵੀ ਕੰਪਿਊਟਰ ਇੰਨਾ ਵੀ ਜ਼ਿਆਦਾ ਭੋਲਾ ਨਹੀਂ ਗਾ ਵੀ ਉਹ ਕਿਸੇ ਚੀਜ਼ ਕੰਨੀ ਧਿਆਨ ਨਹੀਂ ਦਿੰਦਾ ਮੈਂ ਨਹੀਂ ਕਹਿੰਦਾ ਵੀ ਇਹ ਐਪਲੀਕੇਸ਼ਨ ਮੈਨੂੰ ਸਕੋਰ ਦੇ ਦੇ ਮੈਨੂੰ ਪੀਅਰਸਨ ਵੀ ਬਹੁਤ ਸੋਹਣੇ ਸਕੋਰ ਦੇ ਦੂਗੀ ਬਟ ਦਿਮਾਗ ਤਾਂ ਚਲਾ ਕੇ ਦੇਖੋ ਥੋੜ੍ਹਾ ਜਿਹਾ ਹੋ ਸਕਦਾ ਇਹ 'ਚ ਇੱਕ ਵਰਡ ਹੋਰ ਐਡ ਕਰ ਦਿਓ ਤੁਸੀਂ ਉਹਨੂੰ ਵਾਰੀ ਵਾਰੀ ਰੀਅਟੈਂਪਟ ਕਰ ਕਰਕੇ ਦੇਖੀ ਚਲੋ ਇੱਕ ਅੱਧਾ ਵਰਡ ਹੋਰ ਐਡ ਕੀਤਾ ਤੁਹਾਨੂੰ ਇਹ ਫੁੱਲ ਬਟਾ ਫੁੱਲ ਸਕੋਰ ਦੇ ਦੂਗਾ ਇਹਦਾ ਮਤਲਬ ਇਹ ਨਹੀਂ ਪੀਅਰਸਨ ਵੀ ਤੁਹਾਨੂੰ 4-5 ਕੀਵਰਡਸ 'ਤੇ ਫੁੱਲ ਬਟਾ ਫੁੱਲ ਸਕੋਰ ਦੇ ਦੂਗਾ ਸੋ ਫੋਕਸ ਕਰਨਾ ਸਟਾਰਟ ਕਰੋ ਪ੍ਰੈਕਟਿਸ ਨੂੰ ਥੋੜ੍ਹਾ ਜਿਹਾ ਚੇਂਜ ਕਰੋ ਥੋੜ੍ਹਾ ਔਥੈਂਟਿਕ ਵੇ ਨਾਲ ਡਿਲੀਵਰੀ ਦਿਓ ਜਿਹੜਾ ਵੀ ਤੁਸੀਂ ਉੱਥੇ ਜਾ ਕੇ ਆਨਸਰਸ ਦਿੰਦੇ ਹੋ ਸੇਮ ਇਨ ਈਮੇਲ ਰਾਈਟਿੰਗ ਐਂਡ ਐਵਰੀਥਿੰਗ ਜੇ ਤੁਹਾਨੂੰ ਲੱਗਦਾ ਵੀਡੀਓ ਫਰੂਟਫੁੱਲ ਸੀ ਤਾਂ ਥੱਲੇ ਕਮੈਂਟ ਪਲੀਜ਼ ਜ਼ਰੂਰ ਕਰਕੇ ਜਾਇਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਹੈ ਜਿਹੜੀ ਆਪਾਂ ਇਸੇ ਵੇ ਨਾਲ ਡਿਸਕਸ ਕਰਾਂਗੇ ਅਤੇ ਜੇ ਤੁਹਾਨੂੰ ਲੱਗਦਾ ਵੀਡੀਓਜ਼ ਔਥੈਂਟਿਕ ਵੀ ਹੈ ਤੁਸੀਂ ਅੱਗੇ ਫਰੈਂਡਸ ਨੂੰ ਵੀ ਫਾਰਵਰਡ ਕਰਦਿਆ ਕਰੋ ਤਾਂ ਕਿ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚੇ
बहुत कुछ ध्यान नाल तुहानू करना पैना एग्जाम दे विच। तो मैं वारी वारी वॉर्न करदा बिना प्रैपरेशन तो बिना प्रॉपर कोचिंग तो तुसी 79 क्रॉस नहीं कर सकते पीटी कोर दे विचों। प्लीज़ चूज़ अ परफेक्ट टीचर राइट नाउ। सो थले दिते नंबरां ते कॉन्टैक्ट कर सकते हो जे तुसी साडियां क्लासेस भी ज्वाइन करना चाहते हो। तो असी स्लॉट्स वगैरह कैनेडा ऑस्ट्रेलिया इंडिया के हिसाब नाल तुहानू स्लॉट्स दे दांगे जिहदे विच तुहानू बड़े प्रोफाउंड वे नाल मैं आप टीच करूँगा ना ही कोई अगे टीचर हायर करके। सो मिलते हैं नैक्सट वीडियो के। चंगा लगे तो लाइक शेयर कमेंट जरूर करके जाए। थैंक यू।